ਜਿਵੇਂ ਗਰਮੀਆਂ ਸਕਾਲੀ ਨਾ ਸਾਡੇ ਕੋਲ ਏਸੀ ਵੇਗੇ ਸਾਡੇ ਕੋਲ ਦੂਜੇ ਪੱਖੇ ਨਹੀਂ ਹੁੰਦੇ ਨਮਾਰਜੇ ਦੇ ਪਹਿਲਾਂ ਸਾਡੇ ਵੇਲੇ ਤੇ ਅਸੀਂ ਤਾਂ ਉਹਦੇ ਨਾਲ ਡੰਗਰ ਵਾਲਾ ਜਿਹੜੇ ਸਾਡੇ ਆ ਬੱਚੇ ਨੇ ਉਹ ਇਸੇ ਏਸੀ ਵੀ ਫਿੱਟ ਕਰਨਗੇ। 70 ਸਾਲ ਦਾ ਕੋਈ 75 ਸਾਲ ਦਾ ਸਾਡੇ ਸਾਰਿਆਂ ਦੇ ਪਰਨੇ ਪਏ ਹੋਏ ਨੇ ਝੋਲਿਆਂ 'ਚ ਇੱਥੇ ਲਿਆਉਣ ਵਾਸਤੇ। ਜਿਵੇਂ ਆਪਣੇ ਵਿਆਹ 'ਚ ਹੁੰਦੀਆਂ ਐਟਮਾਂ ਹਲਕੀਆਂ ਜਿਹੀਆਂ ਕਾਗਜ਼ਾਂ ਤੋਂ ਤਿਆਰ ਹੋਈਆਂ ਉਹ ਵੀ ਲਾਵਾਂਗੇ ਅਤੇ ਚਿਹਰਾ ਲਾਵਾਂਗੇ ਗੋਲ ਉਹ ਕੋਕਾ ਕੋਲਾ ਦੀ ਸਤਰੀ ਲਾਵਾਂਗੇ ਤੋਂ ਮੁਕਤ ਵਾਲੀ ਲਿਆਵਾਂਗੇ ਪਰ ਪੈਸੇ ਨਹੀਂ ਲਾਉਣੇ। ਅੱਜ 84 ਦਿਨ ਤਾਂ ਮੈਨੂੰ ਖੁਦ ਹੋ ਗਏ ਅਤੇ ਮੈਂ ਕਿਹਾ ਐਵੇਂ ਵੀ ਜਾਣਾ ਨਹੀਂ ਅਰਦਾਸ ਬੇਨਤੀਆਂ ਮਹਾਰਾਜ ਅੱਗੇ ਕਰੀਆਂ ਨੇ ਅਤੇ ਇਹਦਾ ਘਮੰਡ ਭੰਨਣਾ ਹੈਗਾ। ਹਾਂ ਮੇਰੇ 9 ਸਾਲ ਬਾਅਦ ਬੇਟੀ ਹੋਈ ਆ ਉਹਦਾ ਪਹਿਲਾ ਬਰਥਡੇ ਇੱਥੇ ਹੀ ਸੈਲੀਬ੍ਰੇਟ ਕਰਿਆ ਸੀਗਾ ਫਿਰ ਇੱਥੇ ਕੇਕ ਕੱਟੇ ਸੀ ਅਤੇ ਉਹਦੇ 9 ਤੋਂ ਹੀ ਉਦੋਂ ਵੀ ਬੂਟੇ ਪੰਡੇ ਸੀਗੇ। ਕਿਸਾਨੀ ਅੰਦੋਲਨ ਦਿੱਲੀ ਦੇ ਵਿੱਚ ਜਿੱਥੇ ਲਗਾਤਾਰ ਤੇਜ਼ ਉੱਥੇ ਹੁੰਦਾ ਜਾ ਰਿਹਾ ਉੱਥੇ ਹੀ ਕਿਸਾਨਾਂ ਵੱਲੋਂ ਆਪਦੀ ਸਹੂਲਤ ਦੇ ਨਾਲ ਨਾਲ ਗ੍ਰੀਨਰੀ ਦਾ ਵੀ ਧਿਆਨ ਰੱਖਿਆ ਜਾ ਰਿਹਾ। ਫਿਲਹਾਲ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਦੇ ਹਾਂ ਇਹ ਤਸਵੀਰ ਟਿੱਕਰੀ ਬਾਰਡਰ ਦੀ ਇਹ ਤਸਵੀਰ ਆ ਜਿੱਥੇ ਕਿਸਾਨਾਂ ਵੱਲੋਂ ਇਸ ਜਗ੍ਹਾ 'ਤੇ ਪਾਰਕ ਬਣਾਈ ਜਾ ਰਹੀ ਆ। ਫਿਲਹਾਲ ਆ ਜੋ ਬਾਉਂਡਰੀ ਕੀਤੀ ਹੋਈ ਆ ਤਕਰੀਬਨ ਪਾਰਕ ਦਾ ਜੋ ਕੰਮ ਆ ਉਹ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸ਼ੁਰੂ ਹੋ ਚੁੱਕਿਆ ਹੈ ਅਤੇ ਹਜੇ ਜੋ ਫਿਲਹਾਲ ਆ ਬਾਉਂਡਰੀ ਕੀਤੀ ਜਾ ਰਹੀ ਆ ਅਤੇ ਬਾਉਂਡਰੀ ਮਗਰੋਂ ਇਸ ਜਗ੍ਹਾ ਪਾਰਕ ਬਣਾਈ ਜਾਊਗੀ। ਗੱਲ ਕਰਦੇ ਹਾਂ ਸਾਡੇ ਨਾਲ ਕਿਸਾਨ ਜਗਸੀਰ ਸਿੰਘ ਜੀ ਨੇ। ਬਾਈ ਜੀ ਕੀ ਬਣਾ ਰਹੇ ਹੋ ਇੱਥੇ ਪਾਰਕ ਬਣਾ ਰਹੇ ਹੋ? ਪਾਰਕ ਬਣਾ ਰਹੇ ਹਾਂ ਜੀ। ਕੀ ਸੋਚਿਆ ਵੀ ਇੱਥੇ ਪਾਰਕ ਬਣਾਈ ਜਾ ਸਕਦੀ ਹੈ? ਸੋਚਿਆ ਵੀ ਇਹ ਸੰਘਰਸ਼ਾ ਲੰਮਾਗਾ ਕਿਉਂਕਿ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ 26 ਤੋਂ ਬਾਅਦ ਤਾਂ ਮੀਟਿੰਗ ਦਾ ਨਾਮ ਨਹੀਂ ਲੈ ਰਹੀ ਹੁਣ ਇਸ ਕਰਕੇ ਮੂਹਰੇ ਮੌਸਮ ਜਿਹੜਾ ਗਰਮ ਹੈ ਅਤੇ ਸਾਂ ਦਾ ਵੀ ਥੋੜ੍ਹਾ ਪ੍ਰਬੰਧ ਕਰ ਰਹੇ ਹਾਂ ਅਤੇ ਜਿਵੇਂ ਸ਼ਾਮ ਨੂੰ ਬਹਿਣਾ ਬੁਣਾ ਹੁੰਦਾ ਹੁਣ ਦਿਨ ਵੀ ਬਹੁਤ ਵੱਡੇ ਹੋਣਗੇ ਨੰਗਿਆ ਨਹੀਂ ਕਰਨੇ ਸੁਬਾਹ ਵੀ ਇੱਥੇ ਬੈਠਿਆ ਕਰਾਂਗੇ ਅਤੇ ਸ਼ਾਮ ਨੂੰ ਵੀ ਜਿਵੇਂ ਸਾਡੇ ਬਾਪੂ ਆ ਉਹਨਾਂ ਨੂੰ ਤਾਸ਼ ਖੇਡਣ ਨੂੰ ਅਤੇ ਇੱਕ ਇੱਥੇ ਦਫ਼ਤਰ ਟਾਈਪ ਤੰਬੂ ਵੀ ਲਾਵਾਂਗੇ ਜੀ ਏਸੀ ਵੀ ਲਾਵਾਂਗੇ ਦਫ਼ਤਰ ਵੀ ਬਣਾਉਂਗੇ ਏਸੀ ਲਾਉਂਗੇ ਹਾਂ ਲੋਕਾਂ ਦੀਆਂ ਪ੍ਰੋਬਲਮਾਂ ਸੁਣਿਆ ਕਰਾਂਗੇ ਬੈਠਿਆ ਕਰਾਂਗੇ ਕਿਉਂਕਿ ਏਸੀ ਲਾ ਰਹੇ ਹੋ ਤਾਂ ਮਤਲਬ ਲੰਬੀ ਤਿਆਰੀ ਖਿੱਚ ਰਹੇ ਹੋ ਸਰਕਾਰ ਕਹਿ ਰਹੀ ਸੀ ਵੀ ਗਰਮੀ ਆਣੀ ਸ਼ਾਇਦ ਕਿਸਾਨ ਉੱਠ ਜਾਣ ਕਿਉਂਕਿ ਸਰਦੀ ਦਾ ਸੁਖਾਲੀ ਨਿਕਲ ਗਈ ਗਰਮੀ ਬਹੁਤ ਔਖੀ ਆ ਕੱਢਣੀ ਨਹੀਂ ਜੇ ਹੁਣ ਮੁੜ ਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮਾਫ਼ ਨਹੀਂ ਕਰਨਾ ਕਿਉਂਕਿ ਜੇ ਹੁਣ ਮੁੜਦੇ ਹਾਂ ਪਿੱਛੇ 6 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਪਹਿਲਾਂ ਵਿਸ਼ਲੇਸ਼ਣਾਂ ਚੱਲ ਰਹੇ ਹੁਣ ਇੱਥੇ ਹਾਂ ਅੱਜ 84 ਦਿਨ ਤਾਂ ਮੈਨੂੰ ਖੁਦ ਹੋ ਗਏ ਅਤੇ ਮੈਂ ਕਿਹਾ ਐਵੇਂ ਵੀ ਜਾਣਾ ਨਹੀਂ ਅਰਦਾਸ ਬੇਨਤੀਆਂ ਮਹਾਰਾਜ ਅੱਗੇ ਕਰੀਆਂ ਨੇ ਇਹਦਾ ਘਮੰਡ ਭੰਨਣਾ ਹੈਗਾ ਤੁਹਾਡੇ ਸਾਹਮਣੇ ਇਤਿਹਾਸ ਲਿਖਾਂਗੇ ਦਿੱਲੀ ਹਰੂਗੀ ਪੰਜਾਬ ਜਿੱਤੂਗਾ ਕਲੀਅਰ ਹੈ ਸਮਾਂ ਲੱਗ ਸਕਦਾ ਹੈ ਸਮਾਂ ਲੱਗ ਸਕਦਾ ਪਾਰਕ ਦੀ ਤਿਆਰੀ ਤੁਸੀਂ ਸ਼ੁਰੂ ਕਰ ਲਈ ਸੋ ਪਾਰਕ 'ਚ ਫੁੱਲ ਬੂਟੇ ਵੀ ਲਾਉਂਗੇ ਜਾਂ ਸਿਰਫ ਬੈਠਣ ਦਾ? ਬੂਟੇ ਨਾ ਨਾ ਫੁੱਲ ਬੂਟੇ ਲਿਆ ਗਮਲੇ ਲਿਆ ਰਹੇ ਹਾਂ ਹੋਰ ਵੀ ਜਿਹੜੀਆਂ ਸਜਾਵਟੀ ਜਿਵੇਂ ਆਪਣੇ ਵਿਆਹ 'ਚ ਹੁੰਦੀਆਂ ਐਟਮਾਂ ਹਲਕੀਆਂ ਜਿਹੀਆਂ ਕਾਗਜ਼ਾਂ ਤੋਂ ਤਿਆਰ ਹੋਈਆਂ ਉਹ ਵੀ ਲਾਵਾਂਗੇ ਅਤੇ ਚਿਹਰਾ ਲਾਵਾਂਗੇ ਗੋਲ ਉਹ ਕੋਕਾ ਕੋਲਾ ਦੀ ਸਤਰੀ ਲਾਵਾਂਗੇ ਤੋਂ ਮੁਕਤ ਵਾਲੀ ਲਿਆਵਾਂਗੇ ਪਰ ਪੈਸੇ ਨਹੀਂ ਲਾਉਣੇ ਉਹ ਵੀ ਲਾਵਾਂਗੇ ਅਤੇ ਉਹਦੇ ਥੱਲੇ ਚਿਹਰਾ ਲਾਵਾਂਗੇ ਬੈਠਾ ਕਰਾਂਗੇ ਅਤੇ ਪ੍ਰੋਗਰਾਮ ਹੋ ਗਿਆ ਕਾਫੀ ਦਿਨੋਂ ਵਿੱਚ 80 ਦਿਨ ਸਰ ਸਾਨੂੰ ਪਤਾ ਲੱਗਿਆ ਸੀ ਬੇਟੀ ਦਾ ਵੀ ਜਨਮ ਦਿਨ ਇੱਥੇ ਮਨਾਇਆ ਪਹਿਲਾਂ। ਹਾਂ ਮੇਰੇ 9 ਸਾਲ ਬਾਅਦ ਬੇਟੀ ਹੋਈ ਆ ਉਹਦਾ ਪਹਿਲਾ ਬਰਥਡੇ ਇੱਥੇ ਸੈਲੀਬ੍ਰੇਟ ਕਰਿਆ ਸੀਗਾ ਕਿਉਂਕਿ ਮੈਂ ਇੱਥੇ ਆਇਆ ਸੀ ਉਦੋਂ ਫਿਰ ਉਹਦਾ ਬਰਥਡੇ ਸੀ ਫਿਰ ਇੱਥੇ ਕੇਕ ਕੱਟੇ ਸੀ ਅਤੇ ਉਹਦੇ 9 ਤੋਂ ਹੀ ਮੈਂ ਉਦੋਂ ਵੀ ਬੂਟੇ ਪੰਡੇ ਸੀਗੇ ਅਤੇ ਚੜ੍ਹਦੀ ਕਲਾ ਨਾਲ ਲੜਾਈ ਜਿੱਤਣਾ ਹੈ। ਬਾਈ ਜੀ ਦੇਖਿਆ ਸੀ ਤੁਸੀਂ ਵੀ ਇੱਥੇ ਕੰਮ ਕਰ ਰਹੇ ਹੋ ਸੋ ਬਾਪੂ ਜੀ ਕੀ ਕਹਿਣਾ ਚਾਹੁੰਦੇ ਸੀ ਪਹਿਲਾਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜਾ ਸਾਡਾ ਪਰਿਵਾਰ ਹੈ ਨਾ ਕੋਈ 70 ਸਾਲ ਦਾ ਕੋਈ 75 ਸਾਲ ਦਾ ਸਾਡੇ ਸਾਰਿਆਂ ਦੇ ਪਰਨੇ ਪਏ ਹੋਏ ਨੇ ਝੋਲਿਆਂ 'ਚ ਇੱਥੇ ਲਿਆਉਣ ਵਾਸਤੇ ਵੀ ਅਸੀਂ ਤਾਂ ਜੰਮਗੇ ਦੂਜੇ ਰੋਟ ਹੋ ਗਈ ਇੱਥੇ ਜਿਹੜੀ ਇਹ ਪੀੜ੍ਹੀ ਹੈ ਸਾਡੇ ਮਗਰ ਲਈ ਇਹ ਮਗਰ ਸਾਡਾ ਦੇਖਭਾਲ ਕਰੂਗੀ ਸਾਡੇ 'ਚੋਂ ਕੋਈ ਬੰਦਾ ਹੈ ਦੂਜੇ ਲੋਟ ਕਿਹਾ ਦੂਜੇ ਲੋਟ ਦਾ ਕੀ ਮਤਲਬ ਗੱਲ ਕਲੀਅਰ ਕਰ ਦਿਓ। ਦੂਜੇ ਰੋਡ ਤਾਂ ਸਾਡੀ ਸੇਵਾ ਮਗਰੋਂ ਇਹ ਕਰਨਗੇ ਮਗਰੋਂ ਦੋਲਣ ਦੀ ਵੀ ਸੇਵਾ ਇਹ ਕਰਨਗੇ ਜੇ ਸਾਨੂੰ 5-7 ਸਾਲ ਵੀ ਲੱਗਦੇ ਨੇ ਇੱਥੋਂ ਅਸੀਂ ਤਾਂ ਵੀ ਨਹੀਂ ਜਾਂਦੇ ਜਿੰਨਾ ਚਿਰ ਸਾਡਾ ਇਹ ਕੰਮ ਲੋਟ ਨਹੀਂ ਹੁੰਦਾ ਹੈ। ਉਹ ਸਰਕਾਰਾਂ ਕਹਿੰਦੀ ਅਸੀਂ ਠੰਡ ਸੀ ਪਹਿਲਾਂ ਉਹ ਤਾਂ ਸਖਾਲੀ ਨਿਕਲ ਗਈ ਚਲੋ ਠੰਡ ਔਖੇ ਭਾਰੇ ਹੋ ਕੇ ਕੱਟ ਲਈ ਅੱਗੇ ਗਰਮੀ ਆ ਗਈ ਜਿਵੇਂ ਗਰਮੀਆਂ ਸਖਾਲੀ ਨਾ ਸਾਡੇ ਕੋਲ ਏਸੀ ਵੇਗੇ ਸਾਡੇ ਕੋਲ ਦੂਜੇ ਪੱਖੇ ਨਹੀਂ ਹੁੰਦੇ ਨਮਾਰਜੇ ਦੇ ਪਹਿਲਾਂ ਸਾਡੇ ਵੇਲੇ ਤੇ ਅਸੀਂ ਤਾਂ ਉਹਦੇ ਨਾਲ ਡੰਗਰ ਵਾਲਾ ਜਿਹੜੇ ਸਾਡੇ ਆ ਬੱਚੇ ਨੇ ਉਹ ਇੱਥੇ ਏਸੀ ਵੀ ਫਿੱਟ ਕਰਨਗੇ ਇਹ ਸਾਰੇ ਜਿਹੜੇ ਦੂਜਾ ਠੰਡੇ ਪਾਣੀ ਵਾਲੇ ਸਾਰੇ ਉਹ ਵੀ ਫਿੱਟ ਕਰਨਗੇ ਸਾਨੂੰ ਪਰਮਾਤਮਾ ਕਹਿੰਦਾ ਦੇਣ ਹੈਗੀ ਹੈ ਵੀ ਤੁਸੀਂ ਇੱਥੋਂ ਹਿੱਲਿਓ ਨਾ ਸੋ ਡਟੇ ਰਹੋਗੇ? ਹਾਂ ਡਟੇ ਰਹਾਂਗੇ ਸਾਨੂੰ ਚਾਹੇ 5 ਸਾਲ ਵੀ ਲੱਗਦੇ ਨੇ ਸਾਨੂੰ ਤਾਂ ਵੀ ਮਨਜ਼ੂਰ ਹੈ ਸਾਡਾ ਜਾਣੀ ਜੇ ਅਸੀਂ ਪੰਜਾਬ 'ਚ ਸੋਹਾਂ ਖਾ ਕੇ ਆਏ ਸਾਰੇ ਵੀ ਆਹ ਨਹੀਂ ਹੈ ਵੀ ਅਸੀਂ ਮਗਰ ਮੁੜ ਆਵਾਂਗੇ ਸੋ ਹੌਸਲੇ ਬੁਲੰਦਾ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਬਾਪੂ ਨੇ ਹੌਸਲੇ ਬੁਲੰਦਾ ਅਤੇ ਬਾਈ ਜੀ ਫਿਰ ਪਾਰਕ ਦਾ ਤਿਆਰੀ ਕਰ ਲਈ ਸ਼ੁਰੂ ਪੂਰੀ? ਹਾਂਜੀ ਹਾਂਜੀ ਪੂਰੀ ਤਿਆਰੀ ਹੈ ਗਰਮੀ ਅੱਗੇ ਆ ਰਹੀ ਆ ਗਰਮੀ ਅੱਗੇ ਰਿਹਾ ਬਜ਼ੁਰਗ ਬੈਠਣਗੇ ਬਜ਼ੁਰਗ ਬੈਠਣਗੇ ਤੁਸੀਂ ਦੇਖਿਆ ਕਿ ਜਿੱਥੇ ਨੌਜਵਾਨ ਨੇ ਉਹ ਤਿਆਰੀ ਕਰ ਰਹੇ ਨੇ ਪਾਰਕ ਦੀ ਉੱਥੇ ਬਜ਼ੁਰਗ ਵੀ ਉਹਨਾਂ ਦਾ ਹੌਸਲਾ ਵਧਾ ਰਹੇ ਨੇ ਕਹਿ ਰਹੇ ਨੇ ਕਿ ਹੌਸਲੇ ਬੁਲੰਦਾ ਜਿੱਤ ਕੇ ਹੀ ਜਾਵਾਂਗੇ। ਟਿੱਕਰੀ ਤੋਂ ਕੈਮਰਾ ਪਰਸਨ ਅਕਾਸ਼ਦੀਪ ਦੇ ਨਾਲ ਰਵੀ ਜਾਖੂ।